ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕੋਨ ਬੰਦ ਕਰੋ ਕਿ ਤਾਂ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਦੋ ਮੱਝਾਂ ਦੀ ਵੀਡੀਓ ਲੈ ਕੇ ਆਏ, ਨਾਲ ਇੱਕ ਝੋਟਾ। ਇਹ ਮੇਰਾ ਕੈਮਰਾਮੈਨ ਤੁਹਾਨੂੰ ਮੱਝ ਫਾਂਦਾ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂ। ਦੋਸਤੋ, ਗੋਲ ਸਿੰਘ ਨੇ, ਥੋੜ੍ਹੇ ਜਿਹੇ ਖੁੱਲ੍ਹੇ ਮੁੜੇ ਨੇ, ਕਿੰਗਰੀ ਵਾਲੇ ਸਿੰਘ ਨੇ, ਕਾਲੀਆਂ ਅੱਖਾਂ ਨੇ। ਕੈਮਰਾਮੈਨ ਸਾਹਿਬ ਹਰ ਚੀਜ਼ ਤਸੱਲੀ ਨਾਲ ਦਿਖਾਉਣਗੇ ਤੁਹਾਨੂੰ। ਪੂਰੀ ਮੁੱਠ ਦਾ ਥਣ, ਚੰਗੀਆਂ ਬਿਰਲਾਂ, ਬਾਕੀ ਬਿਲਕੁਲ ਬਾਹੀਆਂ ਬਰਾਬਰ। ਦਿਨ ਦੇ 11 ਵਜੇ ਨੇ ਜਨਾਬ, ਸੁਬਾਹ ਚੋਈਆਂ ਹੋਈਆਂ ਨੇ। ਆਹ ਤੁਹਾਡੇ ਸਾਹਮਣੇ ਮਾਸ਼ਾਅੱਲਾ ਪੂਰਾ ਹਵਾਨਾ, ਪੂਰੀਆਂ ਬਿਰਲਾਂ ਤੇ। ਬਾਕੀ ਮਾਲਕ ਕੋਲੋਂ ਪੁੱਛਾਂਗੇ ਕਿਹੜਾ ਕੀ ਹਿਸਾਬ ਕਿਤਾਬ। ਇਹ ਦੇਖੋ ਮੁੱਠ ਦਾ ਥਣ, ਚੰਗੀਆਂ ਬਿਰਲਾਂ, ਹਰ ਪਾਸੋਂ ਚੋਟੀ ਪੂਰੀ ਸਾਫ਼ ਸੁਥਰੀ। ਆਹ ਦੇਖੋ ਜਨਾਬ, ਆ ਪਿਆਰ ਅੱਗੇ ਪਿੱਛੇ ਕੀਤੀ ਹੋਈ ਤਬੀਅਤ ਹੈ, ਸਿੱਧੀ ਹੋ ਜਾ ਕਰਮਾਂ ਵਾਲੀਏ। ਆਹ ਦੋਸਤੋ ਦੇਖੋ, ਬਿਲਕੁਲ ਬਾਹੀਆਂ ਬਰਾਬਰ ਨੇ, ਮੁੱਠ ਦਾ ਥਣ, ਚੰਗੀਆਂ ਬਿਰਲਾਂ, ਹਰ ਪਾਸੋਂ ਸਾਫ਼ ਸੁਥਰੀ, ਸੋਹਣੀ ਮਾਝੇ। ਦੋਸਤੋ ਇਹ ਦੋਧੀ ਫੇਰੀ ਦੇਖ ਲਓ, ਬਿਲਕੁਲ ਸਾਫ਼ ਸੁਥਰੀ, ਸੋਹਣਾ ਹਵਾਨਾ ਲਈ ਹੋਈ, ਮਾਸ਼ਾਅੱਲਾ ਚੰਗਾ ਕੱਦ ਦੇ, ਵੱਡੇ ਕੱਦ ਦੀ ਝੋਟੀ ਹੈ। ਲੈ ਆ ਜਨਾਬ, ਬਾਕੀ ਕਿੰਨਾ ਦੁੱਧ ਹੈ ਜਾਂ ਕੀ ਹਿਸਾਬ ਕਿਤਾਬ ਹੈ, ਕੀ ਇਹਦੀ ਚੀਜ਼ ਪਿੱਛੇ, ਕਿੰਨੇ ਦਿਨਾਂ ਦੀ ਸੂਈ ਹੈ, ਸਾਰਾ ਕੁਝ ਮਾਲਕ ਕੋਲੋਂ ਪੁੱਛ ਕੇ ਦੱਸਾਂਗੇ। ਬਾਕੀ ਮੇਰਾ ਕੈਮਰਾਮੈਨ ਤੁਹਾਨੂੰ ਹਰ ਚੀਜ਼ ਦੀ ਤਸੱਲੀ ਕਰਾਵੇਗਾ। ਮਾਸ਼ਾਅੱਲਾ ਚੰਗਾ ਹਵਾਨਾ, ਅੱਗੇ ਪਿੱਛੇ ਬਿਲਕੁਲ ਪੂਰਾ। ਇਹ ਦੋਸਤੋ ਦੂਸਰੇ ਨੰਬਰ 'ਤੇ ਇਹ ਝੋਟਾ, ਇਹ ਖੁੱਲ੍ਹਾ ਹੀ ਫਿਰਦਾ ਜਨਾਬ, ਇਹ ਖੁੱਲ੍ਹਾ ਹੀ ਫਿਰਦਾ। ਮਾਸ਼ਾਅੱਲਾ ਦੇਖੋ ਚੰਗਾ ਕੱਦ ਦੇ, ਚੰਗੇ ਸੋਹਣੇ ਪੁੱਠੇ ਦਾ ਝੋਟਾ, ਬਿਲਕੁਲ ਚੂਰ ਕੁੰਡ, ਸਾਫ਼ ਸੁਥਰਾ ਝੋਟਾ। ਤੁਸੀਂ ਦੇਖੋ ਇਹ ਖੁੱਲ੍ਹਾ ਹੀ ਰਹਿੰਦਾ ਜਨਾਬ ਮਾਲ ਦੇ ਵਿੱਚ। ਇੱਕ ਅੱਖ ਬਿੱਲੀ ਹੈ, ਇੱਕ ਅੱਖ ਬਿੱਲੀ ਅਤੇ ਕਾਲੀ ਬਿੱਲੀਆਂ ਨੇੜੇ ਕਰ ਦਿਓ, ਦੋਨੋਂ ਬਿੱਲੀਆਂ ਅੱਖਾਂ ਜਨਾਬ ਇਹਦੀਆਂ। ਤੁਸੀਂ ਦੇਖੋ ਸਿਰਫ ਸਾਡੇ ਤੋਂ ਡਰਦਾ, ਬਾਕੀ ਦੋਨ ਦੇ ਦੰਦ ਅਜੇ ਕੱਢਦਾ ਪਿਆ, ਹਲੇ ਹੁਣੇ ਜਿਹੜਾ ਦੁੰਦਾ ਹੁੰਦਾ ਪਿਆ, ਹਲੇ ਦੰਦ ਕੱਢੀ ਆਉਂਦਾ। ਬਾਕੀ ਤੁਸੀਂ ਦੇਖੋ ਮਾਸ਼ਾਅੱਲਾ ਚੰਗੇ ਕੱਦ ਦਾ, ਸੋਹਣਾ ਸੁਥਰਾ ਝੋਟਾ, ਚੰਗਾ ਮਾਸ਼ਾਅੱਲਾ ਕੱਦ ਦਿੰਦਾ। ਮੈਂ ਜਾਣ ਦੇ ਪਰ ਮੈਂ ਚਲੇ ਜਾਣ ਤਾਂ ਛੱਡ ਦੇ, ਬਸ ਛੱਡ ਦੇ। ਤੁਸੀਂ ਦੇਖੋ ਮਾਸ਼ਾਅੱਲਾ ਮੱਝਾਂ ਦੇ ਬਰਾਬਰ ਚੰਗਾ ਕੱਦ ਦੇ, ਦੋਨ ਦੇ ਦੰਦ ਅਜੇ ਕੱਢਦਾ ਪਿਆ, ਸੋਹਣਾ ਸੁਥਰਾ। ਨਾਲ ਜਨਾਬ ਇੱਕ ਪਹਿਲਣ ਝੋਟੀ ਖੜੀ, ਗੋਲ ਸਿੰਘ ਥੋੜ੍ਹੇ ਜਿਹੇ ਪਿੱਛੋਂ ਕਰਕੇ ਮੁੜੇ ਨੇ। ਬਾਕੀ ਮੇਰਾ ਕੈਮਰਾਮੈਨ ਤੁਹਾਨੂੰ ਹਰ ਇੱਕ ਚੀਜ਼ ਦੀ ਇਹਦੀ ਤਸੱਲੀ ਕਰਾਵੇਗਾ। ਦੇਖੋ ਪਹਿਲਣ ਝੋਟੀ, ਮਾਸ਼ਾਅੱਲਾ ਚੰਗਾ ਹਵਾਨਾ, ਜਿੰਨਾ ਹਵਾਨਾ ਅੱਗੇ ਉਨਾ ਹੀ ਪਿੱਛੇ। ਅਸੀਂ ਦੇਖੋ ਹਰ ਪਾਸੋਂ ਪੂਰੀ ਥੋੜ੍ਹੀ ਜਿਹੀ ਲਿੱਸੀ ਹੈ, ਬਰੀਕ ਚਮੜੀ ਦੀ ਝੋਟੀ, ਪਹਿਲਾ ਸੁਬਾਹ ਸੂਈ ਹੈ, ਕੁਛ ਦਿਨਾਂ ਦੀ ਸੂਈ। ਮੇਰਾ ਕੈਮਰਾਮੈਨ ਤੁਹਾਨੂੰ ਹਰ ਇੱਕ ਚੀਜ਼ ਦੀ ਇਹਦੀ ਤਸੱਲੀ ਕਰਾਵੇਗਾ। ਦੇਖੋ ਮਾਸ਼ਾਅੱਲਾ ਸੋਹਣੀ ਸੁਥਰੀ, ਬਿਲਕੁਲ ਬਰੀਕ, ਮੁੱਠ ਦਾ ਥਣ, ਚੰਗੀਆਂ ਬਿਰਲਾਂ। ਇਹਦਾ ਫਲ ਕਿਹੜਾ ਆਪਾਂ ਜਫਰ, ਇਹਨਾਂ ਦੇ ਫਲ ਕਿਹੜੇ ਕਿਹੜੇ ਨੇ, ਦੋਵੇਂ ਚੋਟੀਆਂ ਤੈਨੂੰ ਪਤਾ, ਇੱਕ ਤਾਂ ਵੱਡੀ ਕੱਟਾ, ਵੱਡਾ ਕੱਟਾ ਹੋਏ ਇਹਦੇ ਮਗਰ, ਜਫਰ ਕੱਟੀ ਇੱਕ ਕੱਟਾ ਇਹ ਦੋਸਤੋ, ਇਹਦੇ ਪਿੱਛੇ ਕੱਟਾ ਇਹ ਪਹਿਲਣ ਦੇ ਮਗਰ, ਇਹ ਜਿਹੜੀ ਪਹਿਲ ਇਸ ਦੇ ਮਗਰ ਇਹ ਕੱਟਾ, ਦੂਸਰੇ ਨੰਬਰ ਵਾਲੀ ਦੇ ਮਗਰ ਉਹ ਕੱਟਾ ਜਨਾਬ। ਦੇਖੋ ਦੋਸਤੋ ਇਹ ਜਿਹੜੀ ਪਹਿਲੇ ਨੰਬਰ 'ਤੇ ਮੱਝ ਵਿਖਾਈ ਹੈ, ਉਹਦੇ ਮਗਰ ਇਹ ਕੱਟਾ, ਬਾਕੀ ਕਿੰਨੇ ਦਿਨਾਂ ਦੀ ਸੂਈ ਜਾਂ ਕੀ ਹਿਸਾਬ ਕਿਤਾਬ ਹੈ, ਇਹ ਸਾਰਾ ਮਾਲਕ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ। ਬੰਦ ਕਰਕੇ ਨਾ ਇਹ ਜਨਾਬ ਮੱਝ ਪਹਿਲੇ ਨੰਬਰ 'ਤੇ ਤੁਹਾਨੂੰ ਵਿਖਾਈਏ, ਹੁਣ ਇਹਦਾ ਮਾਲਕ ਨੂੰ ਸੱਦ ਕੇ ਇਹਦੇ ਨਾਲ ਕਰਨੇ ਆ ਗੱਲਬਾਤ।
ਰਾਜਾ ਯਾਰ ਦਾ ਭਗਵਾਨ ਦੇ ਦਾਰੇ ਭਾਈ ਛੋਟੀ ਦਾ ਕਿੰਨਾ ਸੁਆ ਦੂਸਰਾ ਜੀ ਕਿੰਨਾ ਦੁੱਧ ਕਰਦੀ ਪਈ 14 ਕਿਲੋ 13 ਕਿਲੋ 14 ਕਿਲੋ ਹੈਗਾ ਅੱਛਾ ਤੇ ਮਗਰ ਕੱਟਾ ਤੇ ਕਿੰਨੇ ਦਿਨਾਂ ਦੀ ਸੂਈ ਤਕਰੀਬਨ ਮਹੀਨੇ ਦੀ ਇੱਕ ਮਹੀਨਾ ਹੋ ਗਿਆ ਸੂਈ ਹਾਂ ਗਲਤ ਗੱਲ ਕਰਨ ਦਾ ਫਾਇਦਾ ਕੋਈ ਠੀਕ ਹੋ ਗਿਆ ਜਨਾਬ ਦੋਸਤੋ ਕਹਿ ਰਹੇ ਨੇ ਇੱਕ ਮਹੀਨੇ ਦੀ ਸੂਈ ਹੈ 13-14 ਕਿਲੋ ਦੁੱਧ ਕਰਦੀ ਪਈ ਅੱਛਾ ਜੀ ਮੁਨਾਸਬ ਦੀ ਕੀਮਤ ਕਿੰਨੀ ਮੁਨਾਸਬ ਦੀ ਕੀਮਤ ਦੀ 2,40,000 ਦਾ 2,40,000 ਦੇ ਵਿੱਚ ਕੋਈ ਪਿਆਰ ਮੁਹੱਬਤ ਹੈ ਕਰ ਲਾਂਗੇ ਦੋਸਤੋ ਕਹਿ ਰਹੇ ਨੇ ਕਿ 2,40,000 ਰੁਪਈਆ ਦੀ ਕੀਮਤ ਤੇ ਪਿਆਰ ਮੁਹੱਬਤ ਕਹਿੰਦੇ ਨੇ ਕਰ ਲਾਂਗੇ ਅੱਛਾ ਜ਼ਫਰ ਭਾਈ ਦੂਸਰੇ ਨੰਬਰ ਤੇ ਅਸੀਂ ਝੋਟਾ ਵਹਾਇਆ ਆਪਣਾ ਇਹ ਦੋਵਾਂ ਦੇ ਦੰਦ ਕੱਢਦਾ ਪਿਆ ਉਹ ਤਾਂ ਮੈਂ ਦੇਖਿਆ ਬਾਕੀ ਕੋਈ ਨਹੀਂ ਆਇਆ ਜੋਟਾ ਕਰਦਾ ਹੈ ਉਸ ਮਾਝ ਦਾ ਜੋਟਾ ਹੈ ਅੱਛਾ ਮਾੜਾ ਜਿਹਾ 17-18 ਕਿਲੋ ਦੁੱਧ ਕਰਦੀ ਸੀ ਵਖਾ ਚੱਡਾ ਮੈਂ ਤੋੜ ਦੇ ਭਰਾ ਵਖਾ ਵੱਡੀ ਮੈਂ ਇਹਨੂੰ ਬੰਦ ਦੋਸਤੋ ਬਾ ਠੀਕ ਆ ਜਾ ਨਹੀਂ ਨਹੀਂ ਉਹ ਮਾਝ ਵਖਾ ਦੇ ਚੱਡਾ ਦੋਸਤੋ ਆ ਮਾਝ ਤੁਸੀਂ ਤਸੱਲੀ ਨਾਲ ਕੈਮਰਾਮੈਨ ਸਾਹਿਬ ਜਾਓ ਤਸੱਲੀ ਨਾਲ ਮਾੜਾ ਇਹਨਾਂ ਦਾ ਮਾਨ ਨਾ ਤਸੱਲੀ ਨਾਲ ਵਖਾਇਓ ਮੁਨਾਸਬ ਕੀਮਤ ਕਿੰਨੀ ਮੁਨਾਸਬ ਕੀਮਤ 1.5 ਲੱਖ ਇਹਦੇ ਚ ਕੋਈ ਪਿਆਰ ਮੁਹੱਬਤ ਕਰੋਗੇ ਸਾਡਾ ਪਿਆਰ ਮੁਹੱਬਤ ਥੋੜਾ ਘਣਾ ਕਰਾਂਗੇ ਜੋਟਾ ਬਹੁਤ ਚੰਗਾ ਹੈ ਆਪਣਾ ਉਹ ਤਾਂ ਮਾਸ਼ਾਅੱਲਾ ਦੀ ਸੀ ਜਾਂਦਾ ਦੋਸਤੋ ਕਹਿ ਰਹੇ ਨੇ ਆਪਣੇ ਘਰ ਦੀ ਵਹਾਤੀ 18-19 ਲੀਟਰ ਮਾਲਕ ਕਹਿੰਦੇ ਨੇ ਕਿ ਦੁੱਧ ਕਰਦੀ ਉਹਦਾ ਕੱਟਿਆ ਏ ਤੇ ਦੋਵਾਂ ਦੇ ਦੰਦ ਕੱਢਦਾ ਪਿਆ 1.5 ਲੱਖ ਰੁਪਈਆ ਕੀਮਤ ਤੇ ਪਿਆਰ ਮੁਹੱਬਤ ਕਹਿੰਦੇ ਨੇ ਕਰ ਲਾਂਗੇ ਅੱਛਾ ਇਹ ਤੀਸਰੇ ਨੰਬਰ 'ਤੇ ਅਸੀਂ ਆ ਝੂਟੀ ਵਿਖਾਈ ਆ ਪਹਿਲਣ ਇਹਨੂੰ 2,10,000 ਰੁਪਇਆ 2,10,000 ਰੁਪਈਆ ਦੀ ਕੀਮਤ ਤੇ 12 ਕਿਲੋ ਦੁੱਧ ਕਹਿੰਦੇ ਨੇ 2 ਟਾਈਮ ਦਾ ਚਵਾ ਕੇ ਦੇਵਾਂਗੇ ਬੱਚੇ ਨੂੰ ਛੱਡ ਕੇ ਮਗਰ ਇਹਦੇ ਕੱਟਾ ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਂਦੇ ਸਾਡੇ ਨਾਲ ਰਾਬਤਾ ਕਰ ਸਕਦਾ 0307-6563-6651 ਸਾਡਾ ਵਟਸਐਪ ਨੰਬਰ ਹੈ ਜੀ ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਹਾਂ ਅਗਲੀ ਵੀਡੀਓ 'ਚ ਖੁਦਾ ਹਾਫਿਜ਼